ਉਹ ਯਾਰ ਇਹਨਾਂ ਦਾ ਕੰਮ ਹੈ ਧਰਨੇ ਲਾਉਣ। ਇਹ ਚਾਹੁੰਦੇ ਆ ਕਿ ਅਸੀਂ ਕਿਵੇਂ ਨਾ ਕਿਵੇਂ ਮੀਡੀਆ 'ਚ ਬਣੇ ਰਹੀਏ ਤਾਂ ਜੋ ਕੋਈ ਨਾ ਕੋਈ ਪਾਰਟੀ ਸਾਨੂੰ ਆਪਦੇ 'ਚ ਸ਼ਾਮਿਲ ਕਰ ਲਏ, ਰੌਲਾ ਪਾਉਂਦੇ ਰਹੀਏ। ਇਹਨਾਂ ਦਾ ਇੱਕ ਹੀ ਮਕਸਦ। ਪਹਿਲੀ ਪਾਰਟੀ ਅਕਾਲੀ ਦਲ ਸੀ, ਸੁਖਬੀਰ ਬਾਦਲ ਦੇ ਸੋਹਲੇ ਗਾਉਂਦੇ ਹੁੰਦੇ ਸੀ ਦੋਵੇਂ ਬੈਸਟ ਬ੍ਰਦਰ ਜਦੋਂ ਕੌਂਸਲ ਹੁੰਦੇ ਸੀ। ਇਹਨਾਂ ਨੇ ਤਹਿਸੀਲਦਾਰ ਕੁੱਟਿਆ ਇਹਨਾਂ ਲੋਕਾਂ ਨੇ, ਇਹਨਾਂ ਦੇ ਪਰਚਾ ਤੇ ਉਹ ਤਾਂ ਸੈਟਿਸਫਾਈਡ ਹੋ ਗਏ, ਇਹ ਦੋਵੇਂ ਨਹੀਂ ਸੈਟਿਸਫਾਈਡ ਤਿੰਨੇ। ਕਿਰਪਾ ਕਰਕੇ 3 ਮਹੀਨਿਆਂ ਬਾਅਦ ਵਿਧਾਨ ਸਭਾ ਚਲਾਓ ਤੇ 10 ਦਿਨ ਦੀ ਵਿਧਾਨ ਸਭਾ ਚੱਲਣੀ ਚਾਹੀਦੀ। ਵਿਧਾਨ ਸਭਾ ਦੀ ਕਾਰਵਾਈ ਅੰਦਰ ਚੱਲ ਰਹੀ ਹੈ ਤੇ ਬਾਹਰ ਤੋਂ ਹੀ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਧਰਨਾ ਲਾ ਕੇ ਵਾਪਸੀ ਚਲੇ ਗਏ, ਅੰਦਰ ਨਹੀਂ ਗਏ ਤੇ ਹੋਰ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਰਾਜਾ ਵੜਿੰਗ ਜੀ। ਰਾਜਾ ਸਾਹਿਬ, ਜਿਹੜੇ ਕਿ ਲੋਕ ਇਨਸਾਫ ਪਾਰਟੀ ਦੇ ਜਿਹੜੇ ਵਿਧਾਇਕ ਸੀਗੇ ਫਿਰ ਬਾਹਰੋਂ ਹੀ ਧਰਨਾ ਲਾ ਕੇ ਵਾਪਸੀ ਚਲੇ ਗਏ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਉਹ ਯਾਰ ਇਹਨਾਂ ਦਾ ਕੰਮ ਹੈ ਧਰਨੇ ਲਾਉਣ। ਇਹ ਚਾਹੁੰਦੇ ਆ ਕਿ ਅਸੀਂ ਕਿਵੇਂ ਨਾ ਕਿਵੇਂ ਮੀਡੀਆ 'ਚ ਬਣੇ ਰਹੀਏ ਤਾਂ ਜੋ ਕੋਈ ਨਾ ਕੋਈ ਪਾਰਟੀ ਸਾਨੂੰ ਆਪਦੇ 'ਚ ਸ਼ਾਮਿਲ ਕਰ ਲਏ, ਰੌਲਾ ਪਾਉਂਦੇ ਰਹੀਏ। ਇਹਨਾਂ ਦਾ ਇੱਕ ਹੀ ਮਕਸਦ, ਕੋਈ ਏਜੰਡਾ ਨਹੀਂ। ਤੀਜੀ ਪਾਰਟੀ ਬਦਲਤੀ ਹੈ। ਪਹਿਲੀ ਪਾਰਟੀ ਅਕਾਲੀ ਦਲ ਸੀ, ਸੁਖਬੀਰ ਬਾਦਲ ਦੇ ਸੋਹਲੇ ਗਾਉਂਦੇ ਹੁੰਦੇ ਸੀ ਦੋਵੇਂ ਬੈਸਟ ਬ੍ਰਦਰ ਜਦੋਂ ਕੌਂਸਲ ਹੁੰਦੇ ਸੀ। ਇਹਨਾਂ ਨੇ ਤਹਿਸੀਲਦਾਰ ਕੁੱਟਿਆ ਇਹਨਾਂ ਲੋਕਾਂ ਨੇ, ਇਹਨਾਂ ਦੇ ਪਰਚਾ ਹੈ ਦੋਵਾਂ ਭਰਾਵਾਂ 'ਤੇ ਤਹਿਸੀਲਦਾਰ ਕੁੱਟੇ ਦਾ। ਇਹ ਬੜੀ ਚੰਗੀ ਗੱਲ ਹੈ, ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ, ਲੋਕ ਜਾਣਦੇ ਇਹਨਾਂ ਦੀ। ਇਸ ਲਈ ਹੁਣ ਕੀ ਕਰਦੇ ਹੈ, ਇਹਨਾਂ ਨੇ ਲੋਕ ਇਨਸਾਫ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਲਿਆ, ਕੇਜਰੀਵਾਲ ਦੀ ਫੋਟੋ ਲਾ ਦਿੱਤੀਆਂ। ਹੁਣ ਕਹਿੰਦਾ ਹੈ ਕਿ ਮੈਂ ਕੇਜਰੀਵਾਲ ਨਹੀਂ। ਬਈ ਕੇਜਰੀਵਾਲ ਤਾਂ ਮੁੱਖ ਮੰਤਰੀ ਬਣ ਗਿਆ, ਤੁਸੀਂ ਹਜੇ MLA ਹੋ। ਇਹ ਕਹਿੰਦੇ ਮੈਂ ਕੇਜਰੀਵਾਲ ਨਹੀਂ, ਕੇਜਰੀਵਾਲ ਤਾਂ ਫਸਲੀ ਬਟੇਰਾ ਹੈ, ਕਿਉਂਕਿ ਆਪਦੇ ਮੂੰਹ 'ਚ ਜੋ ਆਉਂਦਾ ਗੱਲ ਕਹਿ ਦੇਣੀ। ਹੁਣ ਤੀਜੀ ਪਾਰਟੀ, ਹੁਣ ਖਹਿਰਾ ਤੇ ਅੱਡ ਹੋਣਗੇ। ਇਹ ਚਾਹੁੰਦੇ ਆ ਕੋਈ ਨਾ ਕੋਈ ਪਾਰਟੀ ਸਾਨੂੰ ਆਪਦੇ ਵਿੱਚ ਸ਼ਾਮਿਲ ਕਰ ਲਏ, ਇਸੇ ਕਰਕੇ ਫਲਾਨੀ ਜਗ੍ਹਾ ਜਾ ਕੇ ਪ੍ਰਦਰਸ਼ਨ ਕਰਨਾ, ਰੌਲਾ ਪਾਉਣਾ, ਕੋਈ ਏਜੰਡਾ ਨਹੀਂ। ਹੁਣ ਕਹਿੰਦੇ ਬਗਰਾੜੀ ਵਾਲੀ ਗੱਲ, ਬਗਰਾੜੀ ਵਾਲੇ ਤਾਂ ਸਾਡੇ ਮਿਨਿਸਟਰਸ ਨੇ ਨਾਲ ਗਏ ਤੇ ਉਹ ਤਾਂ ਸੈਟਿਸਫਾਈਡ ਹੋ ਗਏ, ਇਹ ਦੋਵੇਂ ਨਹੀਂ ਸੈਟਿਸਫਾਈਡ ਤਿੰਨੇ। ਇਹਨਾਂ ਦਾ ਕਿਸੇ ਕੋਲ ਇਲਾਜ ਨਹੀਂ। ਇਹਨਾਂ ਨੂੰ ਕੇਜਰੀਵਾਲ ਸੈਟਿਸਫਾਈਡ ਨਹੀਂ ਕਰ ਸਕਿਆ, ਕਾਂਗਰਸ ਸਰਕਾਰ ਸੈਟਿਸਫਾਈਡ ਨਹੀਂ ਕਰ ਸਕਦੀ, ਅਕਾਲੀ ਦਲ ਨਾਲ ਰਹੇ ਉਹ ਨਹੀਂ ਕਰ ਸਕੇ। ਇਹ ਸਾਰੇ ਦੂਜੀਆਂ ਪਾਰਟੀਆਂ ਤੋਂ ਆਏ ਹੋਏ, ਹੁਣ ਇਹਨਾਂ ਨੇ ਇਹ ਜਲਦੀ ਮੁੱਖ ਮੰਤਰੀ ਬਣਨਾ ਚਾਹੁੰਦੇ, ਉਹ ਮੈਨੂੰ ਲੱਗਦਾ ਕਦੇ ਸੁਪਨਾ ਪੂਰਾ ਨਹੀਂ ਹੋਏਗਾ। ਲੇਕਿਨ ਭਾਅ ਜੀ, ਤੁਸੀਂ ਕਹਿ ਰਹੇ ਹੋ ਮੋਟਿਵ ਇਹਨਾਂ ਦਾ ਕੁਛ ਹੋ ਰਿਹਾ, ਲੇਕਿਨ ਮੰਗ ਵੀ ਤਾਂ ਵਾਜਿਬ ਸੀਗੀ, ਕਿਉਂਕਿ ਇੱਕ ਦਿਨ 'ਚ ਸਾਰੀ ਤਾਂ ਕਾਰਵਾਈ ਸਾਰੇ ਸਵਾਲਾਂ 'ਤੇ ਚਰਚਾ ਤਾਂ ਨਹੀਂ ਕੀਤੀ ਜਾ ਸਕਦੀ ਜਿੰਨੇ ਪੰਜਾਬ ਦੇ ਮੁੱਦੇ ਨੇ। ਉਸ ਗੱਲ ਨਾਲ ਮੈਂ ਸਹਿਮਤ ਹੈ। ਮੈਂ ਇਹ ਚਾਹੁੰਦਾ ਕਿ ਪੰਜਾਬ ਦਾ ਵਿਧਾਨ ਸਭਾ ਘੱਟੋ ਘੱਟ 3 ਮਹੀਨਿਆਂ ਬਾਅਦ 10 ਦਿਨ ਦੀ ਲੱਗਣੀ ਚਾਹੀਦੀ, ਪਰ ਸਰਕਾਰ ਦੀ ਕੀ ਮਜਬੂਰੀ ਹੋਏਗੀ? ਜਦੋਂ ਤੁਸੀਂ ਮਜਬੂਰੀ ਦੂਸਰੀ ਬੰਦੇ ਨੂੰ ਪੁੱਛੋਗੇ ਉਹ ਦੱਸੇਗਾ। ਹੋ ਸਕਦਾ ਪੰਚਾਇਤੀ ਚੋਣਾਂ ਆ ਗਈਆਂ ਉਹ ਮਜਬੂਰੀ ਹੋਵੇ। ਕਈ ਵਾਰੀ ਅਸੀਂ ਕੋਈ ਕੰਮ ਕਰਨ ਚੱਲਦੇ ਹਾਂ, ਸ਼ਾਦੀ ਕਰਨ ਚੱਲੇ ਹਾਂ, ਘਰੇ ਕੋਈ ਐਸਾ ਵਿਘਨ ਪੈ ਜੇ ਅਸੀਂ ਉਹ ਸਭ ਕੁਛ ਛੱਡ ਦਿੰਦੇ। ਇਹ ਸਰਕਾਰ ਦੱਸ ਸਕਦੀ ਹੈ, ਲੇਕਿਨ ਹਾਂ, ਕੈਪਟਨ ਅਮਰਿੰਦਰ ਸਿੰਘ ਜੀ, ਸਾਡੇ ਮੁੱਖ ਮੰਤਰੀ ਸਾਹਿਬ ਨੂੰ ਅਤੇ ਸਪੀਕਰ ਸਾਹਿਬ ਨੂੰ ਆਉਣ ਵਾਲੇ ਸਮੇਂ 'ਚ ਬੇਨਤੀ ਕਰਾਂਗੇ, ਉਹ ਸਾਡੀ ਬੇਨਤੀ ਮੰਨ ਵੀ ਲੈਣਗੇ ਕਿ ਕਿਰਪਾ ਕਰਕੇ 3 ਮਹੀਨਿਆਂ ਬਾਅਦ ਵਿਧਾਨ ਸਭਾ ਚਲਾਓ ਅਤੇ 10 ਦਿਨ ਦੀ ਵਿਧਾਨ ਸਭਾ ਚੱਲਣੀ ਚਾਹੀਦੀ। ਆ ਸੀਗਾ ਸਾਡੇ ਨਾਲ ਰਾਜਾ ਵੜਿੰਗ ਜੀ, ਜਿਨ੍ਹਾਂ ਨੇ ਕਿਹਾ ਕਿ LOP ਜਿਹੜੀ ਪਾਰਟੀ ਹੈ ਇਹਨਾਂ ਦਾ ਤਾਂ ਕੰਮ ਹੀ ਹੈ ਧਰਨੇ ਲਾਉਣਾ, ਇਹਨਾਂ ਦਾ ਮੋਟਿਵ ਕੁਛ ਹੋਰ ਹੈ, ਅਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਰਿਕੁਐਸਟ ਕਰਨਗੇ ਕਿ ਅਗਲੀ ਵਾਰੀ ਤੋਂ ਘੱਟੋ ਘੱਟ 10 ਤੋਂ 12 ਦਿਨ ਦਾ ਵਿਧਾਨ ਸਭਾ ਸੈਸ਼ਨ ਹੋਵੇ। ਕੈਮਰਾਮੈਨ ਦੀਪਕ ਦੇ ਨਾਲ ਅਨਮੋਲ ਸਿੰਘ ਗੁਲਾਟੀ, ਦੈਨਿਕ ਸਵੇਰਾ, ਚੰਡੀਗੜ੍ਹ।